ਬਿਸਮਿਲ੍ਲਾ ਰਹਿਮਾਨ ਰਾਹੀਮ, ਅਸਲਾਮ ਅਲੈਕਮ। ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਅਸੀਂ ਵੀ ਇਨਸ਼ਾਅੱਲਾ ਠੀਕ ਠਾਕ ਹਾਂ। ਦੁਆ ਹੈ ਕਿ ਅੱਲਾਹ ਤਾਲਾ ਤੁਹਾਨੂੰ ਆਪਣੇ ਹਿਫਜ਼ੋ ਅਮਾਨ ਵਿੱਚ ਰੱਖੇ, ਖੁਸ਼ ਰਹੋ, ਆਬਾਦ ਰਹੋ। ਅਤੇ ਘਰੋਂ ਨਿਕਲਿਆ ਮੈਂ ਅੱਜ, ਤਕਰੀਬਨ 3:30 ਦਾ ਟਾਈਮ ਹੋ ਗਿਆ, ਅਤੇ ਬਾਰਿਸ਼ ਜਿਹੜੀ ਉਹ ਲੱਗ ਪਈ। ਪਹਿਲਾਂ ਹਨੇਰੀ ਆਈ ਹੈ, ਹਨੇਰੀ ਤੋਂ ਬਾਅਦ ਜਿਹੜਾ ਬਾਰਿਸ਼ ਸ਼ੁਰੂ ਹੋ ਗਈ ਅਲਹਮਦੁਲਿਲਾ। ਕਾਫੀ ਦਿਨਾਂ ਤੋਂ ਬਾਅਦ ਜਿਹੜਾ ਹਰ ਬੰਦੇ ਦੀ ਇਹ ਦੁਆ ਆਈ ਕਿ ਅੱਲਾਹ ਪਾਕ ਆਪਣੀ ਰਹਿਮਤ ਕਰੇ, ਠੀਕ ਹੈ। ਅਤੇ ਬਾਰਿਸ਼ ਸ਼ੁਰੂ ਹੋ ਗਈ ਅਲਹਮਦੁਲਿਲਾ। ਮੈਂ ਹੁਣ ਚੱਲਾਂ ਬਾਹਰ, ਅਤੇ ਘਰੋਂ ਨਿਕਲਿਆ ਵਾਂ, ਜਾਣਾ ਬਾਹਰ, ਫੇਰਾ ਮਾਰਨ। ਪੇਟਰ ਚੱਲਦੇ ਨੇ ਪਿਓ, ਉੱਧਰ ਵੀ ਮੁਸਤਫਾ ਆ ਰਹੀ ਉੱਥੇ ਨੇ, ਅਤੇ ਇਹ ਅਲਹਮਦੁਲਿਲਾ ਚੋਰੇ ਕੋਈ ਫਲਕ ਸ਼ੇਰਮਨ ਛੱਕ ਕੇ ਗੱਡੀ ਲੈ ਕੇ ਆਏ ਆ, ਉਹਨੇ ਖਲਵਾਈ ਹੈ ਜਾਂ ਕੋਈ ਹੋਰ ਹੈ, ਕਿਉਂਕਿ ਗੱਡੀ ਨਹੀਂ ਸਹੀ ਨੰਬਰ ਨਹੀਂ ਮੈਨੂੰ ਯਾਦ ਹੈ। ਅਤੇ ਬਾਰਿਸ਼ ਜਿਹੜੀ ਅਲਹਮਦੁਲਿਲਾ ਜ਼ੋਰਾਂ ਤੋਰਾਂ 'ਚ ਚੱਲ ਰਹੀ, ਮਾਸ਼ਾਅੱਲਾ ਮਾਸ਼ਾਅੱਲਾ ਅਲਹਮਦੁਲਿਲਾ। ਅੱਜ ਤਾਂ ਪਰਨਾਲੇ ਵੀ ਚੱਲ ਪਏ ਨੇ, ਨਿੱਕੇ ਹੁੰਦਿਆਂ ਪਰਨਾਲਿਆਂ ਦੇ ਥੱਲੇ ਨਹਾਉਂਦੇ ਹੁੰਦੇ ਸੀ, ਉਹ ਮੇਰੇ ਲਈ ਭੱਜਿਆ ਆਉਂਦਾ ਬਾਰਿਸ਼ ਵਿੱਚ। ਉਹ ਰਾਜਾ ਕਿੱਧਰ ਜਾ ਰਿਹਾ, ਬੈਠਕ ਵਿੱਚ ਵੜ ਗਿਆ ਜੀ। ਅਤੇ ਬਾਰਿਸ਼ ਜਿਹੜੀ ਹੈ ਬਹੁਤ ਜ਼ੋਰਾਂ ਤੋਰਾਂ ਦੀ ਚੱਲ ਰਹੀ, ਦੇਖੋ ਅਲਹਮਦੁਲਿਲਾ। ਪੰਜਾਬ ਵਿੱਚ ਜੀ ਅੱਜ ਬਾਰਿਸ਼ ਸ਼ੁਰੂ ਹੋਈ, ਪਰਨਾਲੇ ਚੱਲ ਰਹੇ ਨੇ, ਅਤੇ ਪੀਟਰ ਚਲਾ ਚਲਾ ਕੇ ਅਸੀਂ ਜੀ ਬਿਲਕੁਲ 2 ਕਿੱਲੇ ਗਦਾਲ ਕੀਤਾ ਆ, ਅਤੇ ਉਹ ਵੀ ਰਾਤ ਦਿਨ ਚਲਾ ਕੇ, ਅਤੇ ਤਾਂ ਪੂਰਾ ਪੈਂਦਾ ਸੀ। ਅਤੇ ਇਹ ਅਲਹਮਦੁਲਿਲਾ ਅੱਲਾਹ ਦਾ ਲੱਖ ਲੱਖ ਸ਼ੁਕਰ ਹੈ ਕਿ ਅੱਲਾਹ ਨੇ ਆਪਣੀ ਰਹਿਮਤ ਕੀਤੀ। ਦੇਖੋ 2 ਮਿੰਟ ਵਿੱਚ ਕਿੰਝ ਪਾਣੀ ਪਾਣੀ ਕਰ ਛੱਡੀ ਅਰਸ਼, ਅਲਹਮਦੁਲਿਲਾ। ਹਨੇਰੀ ਨਾਲ ਕਾਫੀ ਚੱਲੀ, ਅਤੇ ਜਿਸ ਵੇਲੇ ਹਨੇਰੀ ਝੱਲਦੀ ਹੈ ਬਾਰਿਸ਼ ਦੇ ਵਿੱਚ, ਅਤੇ ਫਿਰ ਦਰਖਤ ਗਿਰਨ ਦਾ ਬਹੁਤ ਮੁਕਾਮ ਹੁੰਦੇ ਨੇ। ਜਿਹੜਾ ਦਰਖਤ ਹੈ ਉਹ ਹਨੇਰੀ ਵਿੱਚ ਵੱਡੇ ਦਰਖਤ ਨੇ ਜਿਹੜੇ, ਉਹ ਗਿਰਨ ਦਾ ਬਹੁਤ ਮਕਾਨ ਹੁੰਦਾ। ਅਤੇ ਉਸ ਵਾਸਤੇ ਮੈਂ ਆ ਗਿਆ ਜੀ ਡੇਰੇ 'ਤੇ, ਪਹੁੰਚ ਆਇਆ ਅਲਹਮਦੁਲਿਲਾ। ਅਤੇ ਅਲਹਮਦੁਲਿਲਾ ਦੇਖੋ ਮੇਰੇ ਬੈਕ ਸਾਈਡ 'ਤੇ ਕਿਸ ਤਰ੍ਹਾਂ ਵਾਹਣਾਂ 'ਚ ਪਾਣੀ ਹੈ, ਅਤੇ ਅਲਹਮਦੁਲਿਲਾ ਅੱਲਾਹ ਦਾ ਲੱਖ ਲੱਖ ਸ਼ੁਕਰ ਹੈ ਕਿ ਅੱਲਾਹ ਤਾਲਾ ਨੇ ਆਪਣੀ ਰਹਿਮਤ ਜਿਹੜੀ ਉਹ ਬਰਸਾਈ। ਇੱਕ ਦਰਖਤ ਉਹ ਟੁੱਟ ਗਿਆ, ਇੱਕ ਉੱਧਰ ਡੇਰੇ ਵਾਲੀ ਸਾਈਡ 'ਤੇ ਟੁੱਟ ਗਿਆ, ਇੱਕ ਉਹ ਮੇਰੇ ਬੈਕ ਸਾਈਡ 'ਤੇ ਪਿੱਛੇ ਉਹ ਟੁੱਟੇ ਹੈ, ਠੀਕ ਹੈ। ਇੱਕ ਤਾਂ ਪੂਰਾ ਕਿੱਕਰ ਜਿਹੜਾ ਉਹ ਹੀ ਪਟੀ ਗਿਆ, ਮਾਸ਼ਾਅੱਲਾ। ਜੇ ਦੋਸਤੋ ਮੁਸਤਫਾ ਚਲਾਉਣ ਲੱਗਾ ਜੇ ਪੀਟਰ, ਅਤੇ ਮੈਂ ਚੱਲਾਂ ਹੁਣ ਉੱਧਰ, ਜਿਹੜੀ ਮੁੰਜੀ ਲਾਈ ਹੈ ਨਾ ਅੱਜ ਤਾਜ਼ੀ, ਉਹ ਮੁੰਜੀ ਵੇਖਣ ਚੱਲਾਂ, ਕਿਉਂਕਿ ਬਾਰਿਸ਼ ਵਿੱਚ ਤੂਫਾਨ ਜ਼ਿਆਦਾ ਸੀ, ਅਤੇ ਉਹ ਵੇਖਣ ਚੱਲਾਂ ਵਾ ਮੁੰਜੀ ਪਟੀਤੀ ਤਾਂ ਨਹੀਂ ਹੈ। ਅਗਰ ਜੇ ਪਟੀਤੀ ਹੈ ਤਾਂ ਚਲੋ ਵਿੱਚ ਵੜ ਕੇ ਜਿਹੜਾ ਉਹਦੇ ਤੀਲੇ ਨੇ ਉਹ ਲਗਾਏ ਜਾਣ। ਪਾਣੀ ਵਿੱਚ ਤਾਜ਼ੀ ਮੁੰਜੀ ਹੈ ਜਿਹੜੀ ਲੱਗੀ ਉਹ ਤਰ ਜਾਂਦੀ ਹੈ। ਮੀਰਾਂ ਨੂੰ ਪਾਲਾ ਲੱਗਦਾ ਪਿਆ, ਉਹ ਪਿਆ ਕਹਿੰਦਾ ਮੈਨੂੰ ਪਾਲਾ ਲੱਗਦਾ ਪਿਆ, ਉਹ ਜਾ ਰਿਹਾ ਹੁਣ ਉੱਧਰ ਬਜਾ ਕੇ ਬਵੇ ਦਾ, ਜਾਂ ਡੇਰੇ 'ਤੇ ਹੋ ਸਕਦਾ ਪਰਲੇ 'ਤੇ ਟੁਰ ਜਾ। ਮੈਂ ਤਾਂ ਮੁਸਤਫਾ ਚੱਲੇ ਹਾਂ ਅਸੀਂ ਜਾ ਕੇ ਮੁੰਜੀ ਵੇਖਣ ਲਏ, ਜੇ ਮੁੰਜੀ ਤਰੀ। ਇਸ ਕਿੱਲੇ 'ਚ ਅਸੀਂ ਅੱਜ ਪਾਣੀ ਪਾਇਆ, ਇਹਦਾ ਗਦਾਲ ਕਰਨਾ। ਦਾਨਾ ਆਉਂਦਾ ਪਿਆ ਰਾਸਤੇ 'ਚ, ਬੱਦਲ ਸ਼ੁਰੂ ਹੋ ਗਿਆ, ਹੋ ਸਕਦਾ ਕਿ ਰਿਖਲ ਹੋ ਗਿਆ ਹੋਵੇ, ਰਾਸਤੇ 'ਚ ਆ ਗਿਆ ਸੀ, ਘਰੋਂ ਨਿਕਲ ਆਇਆ ਸੀ। ਪਨੀਰੀ ਜਿਹੜੀ ਉਹ ਪੱਟ ਕੇ ਗਏ ਨੇ ਅੱਜ ਅਗਲੇ ਕਿੱਲੇ ਪਾਸੇ, ਸੁਬਾਹ ਆ ਕੇ ਉਹਨਾਂ ਨੂੰ ਪਟਣੀ ਨਹੀਂ ਪੈਣੀ, ਕੋਈ ਥੋੜ੍ਹੀ ਜਿਹੀ ਪਟਣੀ ਪੈਣੀ ਨੇ। ਪਨੀਰੀ ਕਾਫੀ ਪੱਟ ਕੇ ਗਏ ਨੇ ਅੱਜ, ਮੁੰਜੀ ਜਿਸ ਲਾ ਰਹੇ ਨੇ ਅਤੇ ਸਾਰੇ ਇਕੱਠੇ ਹੋ ਕੇ ਅਤੇ ਪਨੀਰੀ ਪੱਟਣ ਡੜ ਪਏ ਨੇ। ਅਲਹਮਦੁਲਿਲਾ ਸਾਰਾ ਦਿਨ ਪੀਟਰ ਚੱਲੇ ਨੇ, ਦੋ ਤਾਂ ਹੈ ਕਿੱਲਾ ਜਿਹੜਾ, ਇਹਦੇ ਵਿੱਚੋਂ ਵੀ ਕੋਈ 5-6 ਮਰਲੇ ਜਿਹੜੇ ਨੇ ਵਿਚਕਾਰ 'ਚੋਂ ਰਹਿ ਗਏ। ਜਿਸ ਵੇਲੇ ਬਾਰਿਸ਼ ਸ਼ੁਰੂ ਹੋ ਗਈ ਅਲਹਮਦੁਲਿਲਾ, ਅਤੇ ਉਸ ਟਾਈਮ ਜਿਹੜਾ ਅੱਲਾਹ ਨੇ ਪਾਣੀ ਪਾਣੀ ਕਰ ਛੱਡੀ ਅਰਸ਼, ਫਿਰ ਸਾਨੂੰ ਪੀਟਰ ਬੰਦ ਕਰਨੇ ਪਏ ਨੇ। ਹੁਣ ਗਦਾਲ ਜਿਹੜਾ ਉਹ ਆਉਂਦਿਆਂ ਜੋ ਦਾਨਾ ਪਹੁੰਚਦਾ ਤਾਂ ਗਦਾਲ ਸ਼ੁਰੂ ਹੋ ਜਾਏਗਾ। ਅਲਹਮਦੁਲਿਲਾ ਜੀ ਸਾਡੀ ਮੁੰਜੀ ਹੈ ਜਿਹੜੀ ਉਹ ਪਟੀਤੀ ਕੋ ਨਹੀਂ ਹੈ, ਨਾ ਹੀ ਗਿਰੀ, ਕਿਉਂਕਿ ਗਦਾਲ ਪੁਰਾਣਾ ਸੀ, 3 ਦਿਨ ਹੋ ਗਏ ਨੇ ਇਸ ਗਦਾਲ ਨੂੰ ਹੋਏ ਆ, ਅਤੇ ਮੁੰਜੀ ਹੈ ਜਿਹੜੀ ਉਹ ਪਟੀਤੀ ਕੋ ਨਹੀਂ। ਅਲਹਮਦੁਲਿਲਾ ਸਾਰੀ ਠੀਕ ਹੈ, ਤੂਫਾਨ ਤਾਂ ਬੜਾ ਝੁੱਲਿਆ ਲੇਕਿਨ ਇੱਕ ਠੀਕ ਹੈ ਮਾਸ਼ਾਅੱਲਾ। 2 ਕਿੱਲੇ ਨੇ ਜਿਹੜੇ ਬਿਲਕੁਲ ਅਮਨ ਅਮਾਨ ਕੋ ਨਹੀਂ ਪਟੀਤੇ ਹਨ।
ਇਹ ਕਿੱਲਾ ਪਹਿਲੇ ਲੱਗਾ ਪਰਸੋਂ, ਇਹ ਪਿੱਛੇ ਸਾਡਾ ਪਿੰਡ ਹੈ ਜੀ, ਪਿੰਡ ਦੇ ਨਾਲ ਹੀ 6 ਕਿੱਲੇ ਜ਼ਮੀਨ ਨਿਆਈ ਹੁੰਦੀ, ਨਿਆਈ ਕਹਿੰਦੇ ਹਾਂ ਅਸੀਂ, ਤੇ ਪਤਾ ਨਹੀਂ ਤੁਸੀਂ ਕੀ ਆਖਦੇ ਹੋ। ਇਹ ਕਿੱਲਾ ਬਾਅਦ 'ਚ ਲੱਗਾ। ਮੁੰਜੀ ਸਾਰੀ ਅਲਹਮਦੁਲਿਲਾ ਠੀਕ ਹੈ, ਕੋਈ ਤਰੀ ਹੈ। ਅਤੇ ਇਹ ਕਿੱਲਾ ਇੱਕ ਪਹਿਲੇ ਲੱਗਿਆ ਇੱਕ ਬਾਅਦ 'ਚ ਲੱਗਿਆ। ਜਿਹੜਾ ਪਹਿਲੇ ਲੱਗਿਆ ਉਹਦੀਆਂ ਡਾਲੀਆਂ ਉੱਤੋਂ ਨਾ ਸੁੱਕਦੀਆਂ ਨੇ ਪਈਆਂ, ਨਜ਼ਰ ਆਉਂਦੇ ਨੇ ਪੇ ਪੱਤਰ। ਮਾਸ਼ਾ ਅੱਲਾ, ਮੁਸਤਫਾ ਆ ਗਿਆ। ਮੁਸਤਫਾ ਕਹਿੰਦਾ ਬਾਈ ਇੱਕ ਇੱਕ ਸੀਨ ਲਾਉਣੀ ਹੈ। ਮੈਂ ਕਿਹਾ ਬਾਈ ਇੱਕ ਸੀਨ ਨਾ ਲਾ, ਦੋ ਸੀਨ ਲਾ, ਕਿਉਂਕਿ ਜ਼ਿਮੀ ਘੱਟ ਵਗੀ ਹੈ ਅਤੇ ਮੈਨੂੰ ਲੱਗਦਾ ਦਾਨਾ ਵੀ ਆ ਗਿਆ। ਬਾਰਿਸ਼ ਖਲੋਤੀ ਹੈ ਅਤੇ ਉਹ ਵੀ ਟਰੈਕਟਰ ਲੈ ਕੇ ਆ ਗਿਆ, ਕਿਤੇ ਰਾਸਤੇ 'ਚ ਖਲੋ ਗਿਆ ਆ। ਦਾਨਾ ਆਇਆ, ਹੁਣ ਜਿਹੜਾ ਕਿੱਕਰ ਟੁੱਟਿਆ ਹਨੇਰੀ ਵਿੱਚ ਉਹਨੂੰ ਕੱਢ ਕੇ ਬਾਹਰ ਸਾਈਡ 'ਤੇ ਸੁੱਟਣੇ ਆ। ਕਹਿੰਦੇ ਨੇ ਵਾ ਕੰਡੇ ਜਿਹੜੇ ਨੇ ਉਹ ਆ ਜਾਂਦੇ ਨੇ, ਜ਼ਮੀਨ 'ਚ ਗਿਰ ਜਾਂਦੇ ਨੇ, ਫਿਰ ਮੁੰਜੀ ਲਾਉਂਦੇ ਹੱਥਾਂ 'ਤੇ ਲੱਗਦੇ ਨੇ। ਹੁਣ ਸਾਨੂੰ ਪਾਣੀ ਜਿਹੜਾ ਬਾਰਿਸ਼ ਦਾ ਪਾਣੀ ਹੈ ਉਹ ਪੈ ਗਿਆ ਵਾਹਣਾਂ 'ਚ, ਅਤੇ ਟਰੈਕਟਰ ਜਿਹੜਾ ਸਲਿਪ ਕਰਦਾ ਪਿਆ, ਅੱਲਾਂ ਪਾਣੀਆਂ ਔਖੀਆਂ ਹੋ ਗਈਆਂ ਨੇ। ਦਾਨਾ ਵਿਚਾਰਾ ਰੇਕੇ ਲੱਗਿਆ ਥੱਲਿਓ, ਜ਼ਮੀਨ ਸੁੱਕੀ ਹੈ ਅਤੇ ਉੱਤੇ ਉੱਤੇ ਜਿਹੜਾ ਪਾਣੀ ਖਲੋ ਗਿਆ, ਕਿਉਂਕਿ ਜਿਸ ਵੇਲੇ ਬਾਰਿਸ਼ ਪੈਂਦੀ ਹੈ ਤਾਂ ਬਾਰਿਸ਼ ਉੱਤੋਂ ਸਿੱਕੜੀ ਵੱਜ ਜਾਂਦੀ ਹੈ। ਉਹ ਟਰੈਕਟਰ ਸਲਿਪ ਕਰਦਾ ਪਿਆ, ਅੱਲਾ ਤਾੜੀ ਜਾਂਦਾ ਹੀ ਨਹੀਂ ਆ ਪਿਆ। ਮੁਸਤਫਾ ਜਿਹੜਾ ਉਹ ਵੀ ਡੇਕੇ ਲੱਗਿਆ। ਮੁਸਤਫਾ ਵੀ ਦੂਸਰਾ ਟਰੈਕਟਰ ਹੈ। ਉਹ ਜਿਸ ਵੇਲੇ ਅੱਲਾ ਤਾੜੀ ਆ ਜਾਂਦਾ, ਕਦੇ ਇੱਧਰ ਨਿਕਲ ਜਾਂਦਾ ਟਰੈਕਟਰ, ਕਦੇ ਇੱਧਰ ਨਿਕਲ ਜਾਂਦਾ ਸਲਿਪ ਹੋ ਕੇ। ਇਹਦੇ ਦੋਸਤੋ ਅਸੀਂ ਇੱਕ ਦਾਲ ਸ਼ੁਰੂ ਕਰ ਦਿੱਤਾ। ਦਾਨੇ ਨੇ ਪਹਿਲਾ ਫੇਰਾ ਮਾਰਨਾ ਸ਼ੁਰੂ ਕਰ ਦਿੱਤਾ ਅਤੇ ਪਹਿਲੇ ਦੋ ਸੀਆਂ ਨੇ ਜਿਹੜੀਆਂ ਸਵਾਗਤ ਤੋਂ ਬਗੈਰ ਲਾਏ ਦਾ। ਪਹਿਲੇ ਸਲਾਹ ਸੀ ਕਿ ਇੱਕ ਸੀ ਲਾਉਣ 'ਤੇ ਸਵਾਗਤ ਬਗੈਰ, ਲੇਕਿਨ ਅਸੀਂ ਆਖਿਆ ਹੋ ਸਕਦਾ ਪਾਣੀ ਨਾ ਖਲਵਾਇਆ ਅਤੇ ਦੋ ਸੀਆਂ ਲਾ ਲਓ, ਦੋ ਸੀਆਂ ਜਿਹੜੀਆਂ ਸਵਾਗਤ ਬਗੈਰ ਲਾਏ ਦਾ ਅਤੇ ਇੱਕ ਸੀ ਸਵਾਗੇ ਨਾਲ। ਮੀਰਾ ਕਹਿੰਦਾ ਵਾ ਇੱਕ ਸੀ ਬੜੀ, ਅਤੇ ਮੈਂ ਕਿਹਾ ਵਾ ਨਹੀਂ ਦੋ ਹੀ ਲਵਾਓ। ਪਹਿਲੇ ਮੈਂ ਹੀ ਇਹਨਾਂ ਨੂੰ ਆਖਿਆ, ਮੈਂ ਕਿਹਾ ਵਾ ਇੱਕ ਸੀ ਲਵਾ ਲਓ ਖੁੱਲ੍ਹੀ ਅਤੇ ਇੱਕ ਸੁਹਾਗੇ ਵਾਲੀ, ਲੇਕਿਨ ਹੁਣ ਪ੍ਰੋਗਰਾਮ ਇਹ ਬਣਾਇਆ ਕਿ ਦੋ ਸੀਆਂ ਖੁੱਲ੍ਹੀਆਂ ਅਤੇ ਇੱਕ ਸੁਹਾਗੇ ਵਾਲੀ। ਐਤਕੀ ਇਹ ਹੈ ਕਿ ਟਰੈਕਟਰ ਖੁੱਭਣ ਦਾ ਕੋਈ ਚਾਂਸ ਨਹੀਂ। ਪਿੱਛੇ ਇੱਕ ਕਿੱਲੇ ਵਿੱਚ ਸੇਹ ਨੇ ਜਿਹੜਾ ਖੁੱਡ ਕੱਢੀ ਕਿੱਲੇ ਦੇ ਵਿਚਕਾਰ, ਉਹ ਜਿਸ ਵੇਲੇ ਪਾਣੀ ਪਾਇਆ ਤਾਂ ਖੁੱਡ 'ਚ ਪਾਣੀ ਪੈਣ ਅਤੇ ਸੇਹਾਂ ਜਿਹੜੀਆਂ ਨੇ ਦੋ ਨਿਕਲ ਕੇ ਅਤੇ ਉਹਦੇ 'ਚ ਉਹ ਜਵਾਰ 'ਚ ਨੱਸ ਗਈਆਂ ਨੇ। ਦਾਨੇ ਨੇ ਟਰੈਕਟਰ 'ਤੇ ਛੱਤ ਵੀ ਨਵਾਂ ਲਵਾਇਆ ਅਤੇ ਬੰਪਰੀ ਹੈ ਜਿਹੜੀ ਉਹ ਵੀ ਨਵੀਂ ਲਵਾਈ, ਸੋ ਅੱਗੇ ਲਿਖਾਇਆ ਸੋ ਗੁੱਜਰ। ਇਹਨੂੰ ਅਸਲੀ ਪੇਂਟ ਜਿਹੜਾ ਕਾਰਾਂ 'ਤੇ ਹੁੰਦਾ ਨਾ, ਕਾਰਾਂ ਗੱਡੀਆਂ ਦਾ ਪੇਂਟ, ਉਹ ਪੇਂਟ ਕਰਵਾਇਆ ਸੋ ਬੰਪਰੀ 'ਤੇ। ਛੱਤ ਜਿਹੜਾ ਉਹ ਵੀ ਨਵਾਂ ਲਵਾਇਆ ਸੋ। ਓਏ ਹੱਲ ਲਾ, ਹੱਲ ਕਿਉਂ ਨਹੀਂ ਇਹ ਲਾਉਂਦਾ ਹੈ? ਗਦਾਲ ਵਿੱਚ ਹੱਲ ਜੂੰ ਆਸਰਾ ਥੋੜ੍ਹਾ ਜਿਹਾ ਥੱਲੇ ਕਰੀਏ ਅਤੇ ਟਰੈਕਟਰ ਸਲਿਪ ਮਾਰਨ ਡਰ ਪੈਂਦਾ। ਦਾਨੇ ਨੂੰ ਆਖਿਆ ਆ ਜਾ ਚਾਹ ਪੀ ਲੈ, ਚਾਹ ਆਈ ਅਤੇ ਉਹਨੂੰ ਬੁਲਾਇਆ ਆਖਿਆ ਚਾਹ ਪੀ ਲੈ, ਅਤੇ ਉਹ ਟਰੈਕਟਰ ਕੱਟ ਕੇ ਅਤੇ ਇੱਥੇ ਕੋਲ ਬੰਨੇ ਦੇ ਨਾਲ ਲਿਆ ਕੇ ਵਾ ਬੰਨੇ ਦੇ ਉੱਤੋਂ ਥੱਲੇ ਲੈ ਜਾਵਾਂਗਾ। ਅਤੇ ਮੁਸਤਫਾ ਮਾਰ ਲਿਆ ਵੀ ਤੈਨੂੰ ਕਿਹੜਾ ਪਾਣੀ ਥੋੜ੍ਹਾ ਜਿਹਾ ਘੱਟ ਹੈ। ਦਾਨਾ ਕਹਿੰਦਾ ਵਾ ਪਾਣੀ ਗਦਾਲੇ 'ਚ ਘੱਟ ਹੈ ਅਤੇ ਥੋੜ੍ਹਾ ਜਿਹਾ ਪਾਣੀ ਪਾਓ। ਵੀ ਤੂੰ ਵੀ ਨਾਲ ਗਲਾਸ ਲਿਆ ਸੀ ਅਤੇ ਹੁਣ ਸਾਰੇ ਇਕੱਠੇ ਹੋਏ ਨੇ, ਦਾਨਾ ਚਾਹ ਪੀ ਰਿਹਾ
ਚਾਹ ਪੀ ਕੇ ਤੇ ਦਾਣਾ ਪਿਆ ਕਹਿੰਦਾ ਵਾ ਤੁਸੀਂ ਟਰੈਕਟਰ ਚਲਾਓ ਟਰੈਕਟਰ ਚਲਾਓ। ਮੈਂ ਕਿਹਾ ਵਾ ਨਹੀਂ ਮੇਰੇ ਕੋਲ ਨਹੀਂ ਚੱਲਦਾ ਹੈ ਜਹਾਜ਼ ਤਾਂ ਮੈਨੂੰ ਹੈ, ਮੈਂ ਬਚਪਨ ਤੋਂ ਟਰੈਕਟਰ ਦੀ ਜਾਂਚ ਕੀਤੀ ਲੇਕਿਨ ਹੁਣ ਮੈਂ ਦਾਣੇ ਨਾਲ ਲੱਗਿਆ ਸੀ। ਮੈਂ ਕਿਹਾ ਵਾ ਮੇਰੇ ਕੋਲ ਨਹੀਂ ਚੱਲਦਾ ਲੇਕਿਨ ਮੈਂ ਹੁਣ ਦਾਣਾ ਕਹਿੰਦਾ ਵਾ ਤੁਸੀਂ ਜਿਹੜਾ ਇੱਕ ਸੀ ਲਓ। ਹੁਣ ਮੈਂ ਆਪੂ ਟਰੈਕਟਰ 'ਤੇ ਪਵਾਂਦਾ ਅਤੇ ਇੱਕ ਸੀ ਜਿਹੜੀ ਉਹ ਮਹਿਲਾਵਾਂ ਦਾ। ਬੜੇ ਅਰਸੇ ਬਾਅਦ ਜਿਹੜਾ 85 ਟਰੈਕਟਰ ਚਲਾਉਣ ਲੱਗਾ ਅਲਹਮਦੁਲਿਲਾ ਜੀ। ਹੁਣ ਮੈਂ ਆਪੂ ਬਹਿ ਗਿਆ ਟਰੈਕਟਰ 'ਤੇ, ਹੱਲ ਦਾ ਵੀ ਥੋੜ੍ਹਾ ਜਿਹਾ ਆਸਰਾ ਮੈਂ ਜ਼ਿਆਦਾ ਕੀਤਾ ਲੇਕਿਨ ਟਰੈਕਟਰ ਜਿਹੜਾ ਉਹ ਸਲਿੱਪ ਮਾਰਨ ਡਰ ਪੈਂਦਾ। ਅਤੇ ਇਹ ਹੁਣ ਜਿਹੜਾ ਭਾ ਮੱਲੇ ਆ ਅਸੀਂ ਉਹਦੇ 'ਤੇ ਜਾਣਾ ਅੱਲਾਂ ਚਾਹ ਕੇ, ਅਤੇ ਦਾਣੇ ਦਾ ਜਿਹੜਾ ਭਾ ਮੱਲੇ ਆ ਉਹਦੇ 'ਤੇ ਜਾ ਕੇ ਅੱਲਾਂ ਲਾ ਕੇ ਅਤੇ ਫਿਰ ਅਗਾਂ ਟੋਰ ਲਵਾਂਗੇ। ਕਿਉਂਕਿ ਗਦਾਲੇ 'ਚ ਜਿੱਥੇ ਟਰੈਕਟਰ ਦੀ ਕਟਾਈ ਕਰਨੀ ਉੱਥੇ ਹੱਲ ਪੋਲੀ ਕਰਨੀ ਪੈਂਦੀ ਹੈ। ਹੱਲ ਪੋਲੀ ਨਾ ਕਰੀਏ ਤਾਂ ਟਰੈਕਟਰ ਨਹੀਂ ਕਟੀਂਦਾ ਹੈ, ਉਹ ਸਿੱਧਾ ਹੀ ਜ਼ੋਰ ਲਾਉਂਦਾ ਹੈ ਜ਼ਿਆਦਾਤਰ। ਮਾਸ਼ਾਅੱਲਾ ਜੀ ਲਾਭ ਵੀ ਬੜੀ ਸੋਹਣੀ ਹੋਈ ਹੈ ਅਤੇ ਸਾਡੇ ਪਿੱਛੇ ਰਹਿ ਗਏ ਨੇ 4 ਕਿੱਲੇ, ਇੱਕ ਕਿੱਲੇ 'ਚ ਗਦਾਲ ਹੁੰਦਾ ਪਿਆ ਅਤੇ ਪਿੱਛੇ 3 ਕਿੱਲੇ ਰਹਿ ਗਏ। ਇਹ 3 ਕਿੱਲੇ ਨੇ ਜਿਹੜੇ ਉਹ ਵੀ ਇਨਸ਼ਾਅੱਲਾ 3-4 ਦਿਨਾਂ ਦੇ ਵਿੱਚ ਵਿੱਚ ਜਿਹੜਾ ਉਹ ਕੰਪਲੀਟ ਹੋ ਜਾਂਦੇ ਅਤੇ ਵਿਹਲੇ ਹੋ ਜਾਵਾਂਗੇ। ਫਿਰ ਇਹਦੇ 'ਤੇ ਖਾਦ ਅਤੇ ਸਪਰੇਵਾਂ ਅਤੇ ਜ਼ਹਿਰ ਅਤੇ ਉਹ ਪਾਉਂਦੇ ਰਹਾਂਗੇ। ਮਾਸ਼ਾਅੱਲਾ ਗੱਡੀ ਬੜੀ ਪਿਆਰੀ ਹੈ, ਬੜੀ ਸੋਹਣੀ ਚੱਲ ਸੂ। ਠੀਕ ਹੈ ਜੀ, 17 ਮਾਡਲ ਗੱਡੀ ਹੈ ਲੇਕਿਨ ਅਲਹਮਦੁਲਿਲਾ ਮਾਸ਼ਾਅੱਲਾ ਬਹੁਤ ਹੀ ਅੱਛੀ ਗੱਡੀ ਹੈ ਜੀ। ਤਾਂ ਦੋਸਤੋ ਹੁਣ ਮੈਂ ਟਰੈਕਟਰ ਤੋਂ ਲੈਣ ਲੱਗਾ, ਮੈਂ ਆ ਗਿਆ ਪੀਟਰ 'ਤੇ, ਹੁਣ ਲਾਉਣ ਲਾ ਤਾਰੀ। ਮੈਂ ਕਿਹਾ ਕੱਪੜੇ ਛੱਪੜੇ ਜਿਹੜੀਆਂ ਛਿੱਟਾਂ ਪਈਆਂ ਨੇ ਉਹ ਸਾਫ਼ ਹੋ ਜਾਣ, ਚਲੋ ਕਾਰ ਜਾਣਾ, ਕਾਰ ਜਾ ਕੇ ਅਤੇ ਦੂਸਰੇ ਕੱਪੜੇ ਪਾ ਲਾਂਗੇ। ਫਿਰ ਮੈਂ ਪੀਟਰ 'ਤੇ ਤਾਰੀ ਲਾਈ ਹੈ, ਨਾਲ ਕੱਪੜਿਆਂ 'ਤੇ ਜਿਹੜੇ ਛਿੱਟਾਂ ਪਈਆਂ ਨੇ ਉਹ ਸਾਫ਼ ਹੋ ਜਾਂਦੀਆਂ। ਅੱਜ ਦਾ ਵਿਲਾਗ ਕਰਦੇ ਹਾਂ ਜੀ ਖਤਮ। ਹੱਸਦੇ ਰਹੋ, ਵੱਸਦੇ ਰਹੋ, ਨਿੱਕਿਆਂ ਨੂੰ ਗੱਲਾਂ ਦੱਸਦੇ ਰਹੋ। ਅੱਲਾ ਸੋਹਣੇ ਦੇ ਵੱਲ।